ਅੱਜ ਸ਼ਾਮੀ ਰਹਿ ਰਸ ਦੇ ਟਾਈਮ ਅੰਦਰ ਸਾਹਮਣੇ ਅੰਦਰ ਬੋਲਣਾ ਜਾਂ ਬੋਲਣਾ ਯਾਰ ਜੰਗਲੇ ਦੇ ਨਾਲ ਨਾ ਇੱਕ ਲੜਕਾ ਜਿਹੜਾ ਉਹਨੇ ਚੱਕ ਕੇ ਮਾਈਕ ਨਾ ਕਰਿਆ ਮੇਰੇ ਯਾਰ ਔਰ ਉਹ ਜੰਗਲਾ ਟੱਪ ਕੇ ਉਹਦੇ ਅੰਦਰ ਚਲ ਗਿਆ ਔਰ ਅੰਦਰ ਜਾ ਕੇ ਉਹਨੇ ਉੱਥੋਂ ਜਿਹੜੇ ਆਪਣੇ ਮਹਾਰਾਜ ਦੇ ਅੱਗੇ ਜਿਹੜੀ ਆਪਣੀ ਸ੍ਰੀ ਸਾਹਿਬ ਪਈ ਹੁੰਦੀ ਆ ਉਹ ਚੁੱਕ ਲਈ ਅਤੇ ਜਦੋਂ ਉਹਨੇ ਚੁੱਕੀ ਅਤੇ ਜਿੰਨੇ ਵੀ ਅੰਦਰ ਆਪਣੇ ਸਿੰਘ ਸਾਹਿਬ ਦੇ ਨਾਲ ਬਾਕੀ ਸਿੰਘ ਬੈਠੇ ਸੀਗੇ ਆਲੇ ਦੁਆਲੇ ਉਹਨਾਂ ਸਾਰਿਆਂ ਨੇ ਵੀ ਜਿਹੜੀ ਉਹਨੂੰ ਉੱਥੋਂ ਫੜ ਕੇ ਅਤੇ ਜਦੋਂ ਜੰਗਲੇ ਤੋਂ ਬਾਹਰ ਟਪਾਇਆ ਅਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਬਾਹਰ ਲਿਆਉਣ ਤੋਂ ਬਾਅਦ ਫਿਰ ਇੱਥੇ ਤੱਕ ਲਿਆਉਂਦੇ ਅਤੇ ਰਸਤੇ ਦੇ ਵਿੱਚ ਸੰਗਤ ਨੇ ਜਿਹੜਾ ਆ ਵੀ ਉਹਦੀ ਕੁੱਟਮਾਰ ਇੰਨੀ ਕੁ ਹੋ ਗਈ ਕਿ ਉਹ ਬੰਦਾ ਇੱਥੇ ਆਉਂਦੇ ਤੱਕ ਜਿਹੜਾ ਆ ਉਹ ਖਤਮ ਹੋ ਗਿਆ ਨਹੀਂ ਇਹ ਚੀਜ਼ਾਂ ਜਿਹੜੀਆਂ ਹੁਣ ਅਸੀਂ ਉਹਨੂੰ ਡੈਡ ਹਾਊਸ ਦੇ ਵਿੱਚ ਉੱਥੇ ਕਰਾ ਦਿੱਤਾ ਆ ਉਸ ਤੋਂ ਬਾਅਦ ਹੁਣ ਉਹਦਾ ਪੋਸਟਮਾਰਟਮ ਵਗੈਰਾ ਹੋਊਗਾ ਕੋਈ ਕਰੀਬ ਇਹਦੇ ਜੋ ਦੇਖਣ ਮੁਤਾਬਕ ਜੋ ਹੁਣ ਜਿਹੜੀ ਫੁਟੇਜ ਦੇਖ ਰਹੇ ਹਾਂ ਕੋਈ ਇੱਥੇ 25 ਸਾਲ ਦੇ ਵੀ ਉੱਪਰ ਥੱਲੇ ਹੋ ਸਕਦਾ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੁਣ ਅਸੀਂ ਅੱਗੇ ਵਾਚ ਕਰਾਂਗੇ ਕਿਉਂਕਿ ਕੈਮਰਿਆਂ ਦੇ ਵਿੱਚ ਸਾਰਾ ਕੁਛ ਆ ਗਿਆ ਨਹੀਂ ਇਹ ਉਸ ਟਾਈਮ ਜਿਹੜਾ ਇਕੱਲਾ ਹੀ ਬੰਦਾ ਸੀਗਾ ਕਿਉਂਕਿ ਉਦੋਂ ਜਿੰਨੀ ਸੰਗਤ ਮੱਥਾ ਟੇਕ ਰਹੀ ਆ ਉਹ ਸਾਰੀ ਸੰਗਤ ਦੇ ਵਿੱਚ ਇਕੱਲਾ ਪਹਿਲਾਂ ਆਰਾਮ ਨਾਲ ਖੜਾ ਸੀਗਾ ਜਦੋਂ ਉਹਨੇ ਬਿਲਕੁਲ ਮੱਥਾ ਜਿੱਥੇ ਆਪਾਂ ਨੀਵੇਂ ਹੋ ਕੇ ਟੇਕੀ ਦਾ ਉਦੋਂ ਉਹਨੇ ਉੱਥੇ ਜਿਹੜਾ ਆ ਉਹਨੇ ਜੰਗਲਾ ਜਿਹੜਾ ਟੱਪ ਲਿਆ ਨਹੀਂ ਰਹਿ ਰਸ ਦੇ ਟਾਈਮ ਲੇਕਿਨ ਜਿਹੜੀ ਸੰਗਤ ਆ ਉਹ ਮੱਥਾ ਟੇਕ ਰਹੀ ਆ ਪਾਠ ਚੱਲ ਰਿਹਾ ਜਦੋਂ ਅਰਦਾਸ ਹੁੰਦੀ ਉਦੋਂ ਸੰਗਤ ਸਾਰੀ ਬੈਠ ਜਾਂਦੀ ਆ ਇਹ ਜਦੋਂ ਆਪਣੇ ਮਹਾਰਾਜ ਦੀ ਰਹਿ ਰਸ ਚੱਲ ਰਹੀ ਸੀ ਸਾਰੀ ਸੰਗਤ ਮੱਥਾ ਟੇਕ ਰਹੀ ਸੀ ਜਿਹੜੇ ਆ ਵਾਲ ਕੱਟੇ ਹੋਏ ਆ ਔਰ ਸਿਰ ਤੇ ਜਿਹੜਾ ਪੀਲੇ ਰੰਗ ਦਾ ਪਟਕਾ ਬੰਦਾ ਸੀਗਾ ਔਰ ਕੋਈ ਕਰੀਬ ਜਿਹੜੀ ਉਮਰ ਇੱਥੇ ਮਤਲਬ 20-25 ਸਾਲ ਇੱਥੇ ਐਵਰੇਜ ਇੰਨੀ ਬਿਲਕੁਲ ਜੀ ਜਿਹੜੀ ਸਿੱਖ ਸੰਗਤ ਆ ਉਹਨੂੰ ਸਾਰੀ ਨੂੰ ਦੱਸ ਦਿੱਤਾ ਕਾਫੀ ਸਾਰੇ ਸੰਗਤ ਦੇ ਵਿੱਚ ਬਹੁਤ ਰੋਸ ਸੀਗਾ ਇਸ ਗੱਲ ਦਾ ਔਰ ਉਹ ਸਾਰਿਆਂ ਨੂੰ ਅਸੀਂ ਦੱਸਿਆ ਵੀ ਆਹ ਗੱਲ ਹੋ ਗਈ ਆ ਔਰ ਉਹ ਸਾਰੇ ਹੁਣ ਇਸ ਗੱਲ ਨਾਲ ਸਾਡੇ ਨਾਲ ਐਗਰੀ ਆ ਹੁਣ ਉਸ ਤੋਂ ਬਾਅਦ ਜਿਹੜਾ ਕੱਲ੍ਹ ਹੁਣ ਜਿਹੜਾ ਪੋਸਟਮਾਰਟਮ ਕਰਾਵਾਂਗੇ ਔਰ ਅਸੀਂ ਬਿਲਕੁਲ ਜਿਹੜੀ ਆ ਉਹ ਅੱਗੇ ਜੋ ਬਣਦੀ ਕਰਨੀ ਉਹ ਵੀ ਕਰਾਂਗੇ ਠੀਕ ਹੈ ਜੀ ਹਾਂਜੀ ਦੇਖੋ ਅਸੀਂ ਇਹਦੇ ਵਿੱਚ ਨਾ ਸਾਰੀਆਂ ਸਾਡੀਆਂ ਟੀਮਾਂ ਲੱਗ ਗਈਆਂ ਆਲਰੇਡੀ ਇੱਥੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਹੁਤ ਜ਼ਿਆਦਾ CCTV ਕੈਮਰੇ ਆ ਬਾਹਰ ਤੋਂ ਲੈ ਕੇ ਅੰਦਰ ਤੱਕ ਅਸੀਂ ਇਹਨੂੰ ਪੂਰਾ ਵਾਚ ਕਰਾਂਗੇ ਵੀ ਉਹ ਤੋਂ ਬਾਹਰੋਂ ਇਕੱਲਾ ਆ ਰਿਹਾ ਕਿ ਜਾਂ ਇਹਦੇ ਨਾਲ ਹੋਰ ਵੀ ਕੋਈ ਆ ਰਿਹਾ ਉਹ ਸਾਰੀ ਚੀਜ਼ ਵਾਚ ਕਰਕੇ ਜੇ ਕੋਈ ਇਹਦੇ ਨਾਲ ਦਾ ਹੋਇਆ ਤਾਂ ਉਹਨੂੰ ਵੀ ਵੇਖ ਸਕਦੇ ਹਾਂ ਧੰਨਵਾਦ ਠੀਕ ਹੈ ਸਰ